एक 12वीं दे एग्जाम दा अजे तक सरकार ने फैसला नहीं लिया, हरियाणा ने ले लिया, हिमाचल ने ले लिया, पंजाब दे स्टूडेंट इंतजार कर रहे हैं तुहाडा। नहीं कोई गल नहीं, 12वीं दे फैसला जिहड़ा 12वीं दे एग्जाम्स कंडक्ट करने हैं कि नहीं करने हैं वो असी हले तक इस करके उहदी अनाउंसमेंट नहीं कीती, बिकॉज़ असी वेट कर रहे हैं कि सीबीएसई की फॉर्मूला लेके आउंदी है बच्चों नूं 12वीं दे मार्क्स देण दा। ਕਹਿੰਦੇ ਅੱਜ ਹੀ ਸੀਬੀਐਸਈ ਵੱਲੋਂ ਆਇਆ ਸੀਗਾ ਕਿ ਸੂਬਿਆਂ ਨੂੰ ਕਿਹਾ ਗਿਆ ਕਿ 28 ਜੂਨ ਤੱਕ ਇੰਟਰਨਲ ਅਸੈਸਮੈਂਟ ਦਿੱਤੀ ਜਾਵੇ, ਸਟੂਡੈਂਟਸ ਦੀ ਇੰਟਰਨਲ ਅਸੈਸਮੈਂਟ ਦਿੱਤੀ ਜਾਵੇ। ਹਰਿਆਣਾ ਨੇ ਰਿਜੈਕਟ ਕਰਤਾ ਇਗਜ਼ਾਮ ਨਹੀਂ ਹੋਣਗੇ, ਹਿਮਾਚਲ ਨੇ ਕਰਤਾ, ਪੰਜਾਬ ਪਲੈਨ ਕਰ ਰਹੀ ਹੈ ਕਿ ਇਗਜ਼ਾਮ ਨਹੀਂ ਹੋਣਗੇ। ਮੈਂ ਸਾਰੇ ਬੱਚਿਆਂ ਨੂੰ ਇੰਨਾ ਹੀ ਕਹਿਣਾ ਚਾਹੁੰਦਾ, ਪਿਛਲਾ ਪੂਰਾ ਸਾਲ ਕੋਵਿਡ ਦਾ ਰਿਹਾ, ਮੈਂ ਇਹ ਨਹੀਂ ਚਾਹੁੰਦਾ ਕਿ ਪੰਜਾਬ ਦਾ ਕੋਈ ਵੀ ਬੱਚਾ ਡਿਸਐਡਵਾਂਟੇਜ ਰਹੇ ਬਾਕੀ ਸੂਬੇ ਨਾਲੋਂ। ਸੋ ਵੀ ਆਰ ਜਸਟ ਵੇਟਿੰਗ ਫਾਰ ਦਾ ਫਾਰਮੂਲਾ, ਵੀ ਆਰ ਜਸਟ ਵੇਟਿੰਗ ਕਿ ਗਵਰਨਮੈਂਟ ਆਫ ਇੰਡੀਆ ਫਾਰਮੂਲਾ ਕੀ ਡਿਵਾਈਸ ਕਰਦੀ ਹੈ, ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਇਨ ਦੀ ਇੰਟਰਸਟ ਆਫ ਚਿਲਡਰਨ। ਔਰ ਮੈਨੂੰ ਪਤਾ ਹੈ ਬੱਚਿਆਂ ਪਿਛਲੇ ਸਵਾ ਸਾਲ 'ਚ ਸਾਰੇ ਬੱਚਿਆਂ ਨੂੰ ਚੈਲੰਜ ਰਿਹਾ, ਮੈਂਟਲ ਪ੍ਰੈਸ਼ਰ ਵੀ ਬੱਚਿਆਂ 'ਚ ਕੋਵਿਡ ਦਾ ਹੋ ਜਾਂਦਾ, ਔਰ ਬੱਚਿਆਂ ਨੂੰ ਪੜ੍ਹਾਈ ਕਰਨ ਵੇਲੇ ਤਕਲੀਫ, ਔਰ ਕਈ ਪਰਿਵਾਰਾਂ ਦੇ ਵਿੱਚ ਕਰੋਨਾ ਕਰਕੇ ਬੜਾ ਬੈਡ ਫੇਸ ਵੀ ਰਿਹਾ। ਲੇਕਿਨ ਇਗਜ਼ਾਮ ਕੈਂਸਲ ਹੋ ਸਕਦੇ ਜਾਂ ਇਗਜ਼ਾਮ ਕਰਵਾਉਣ ਤੇ ਵਿਚਾਰ ਕੀਤਾ ਜਾ ਰਿਹਾ? ਨਹੀਂ ਨਹੀਂ ਕੋਈ, ਮਤਲਬ ਬੱਚਿਆਂ ਚਿਲਡਰਨ ਆਫ ਪੰਜਾਬ ਵਿਲ ਨਾਟ ਬੀ ਪੁੱਟ ਟੂ ਐਨੀ ਡਿਸਐਡਵਾਂਟੇਜ, ਦਿਸ ਇਜ਼ ਵਾਟ ਆਈ ਵਾਂਟ ਟੂ ਸੇ। ਇਸ ਤੋਂ ਇਲਾਵਾ ਕਿਉਂਕਿ ਪਿਛਲਾ ਪੂਰਾ ਇੱਕ ਸਾਲ ਕੋਵਿਡ ਮਹਾਂਮਾਰੀ ਨੇ ਲੈ ਲਿਆ, ਥਰਡ ਵੇਵ ਜਿਹੜੀ ਆ ਰਹੀ ਨਾ, ਕਹਿੰਦੇ ਕਿ ਬੱਚਿਆਂ ਤੇ ਜ਼ਿਆਦਾ ਇਮਪੈਕਟ ਕਰੇਗੀ, ਉਸ ਮੁਤਲਕ ਕੋਈ ਪਲੈਨਿੰਗ ਹੈ? ਕਿਉਂਕਿ ਜਾਂ ਫਿਰ ਕਿਵੇਂ ਕਿਵੇਂ ਕੀ ਕੁਛ ਸੋਚਿਆ ਜਾਏ, ਕਿਉਂਕਿ ਇੱਕ ਵਾਰੀ ਅਗਰ ਹੁਣ ਇਗਜ਼ਾਮ ਕੈਂਸਲ ਹੋ ਜਾਂਦੇ, ਅਗਲੇ ਸਾਲ ਕੋਵਿਡ ਦੀ ਖਤਰਨਾਕ ਹੋਰ ਵੇਵ ਆ ਜਾਂਦੀ ਬੱਚਿਆਂ ਵਾਸਤੇ, ਫਿਰ ਇਗਜ਼ਾਮ ਕੈਂਸਲ, ਜਾਂ ਫਿਰ ਕੀ ਕੁਛ, ਕੀ ਥਰਡ ਵੇਵ ਨੂੰ ਲੈ ਕੇ ਕੀ ਇਸ ਵੇਲੇ ਤਿਆਰੀ ਹੈ? ਦੇਖੋ ਗੱਲ ਇਹ ਹੈ ਕਿ ਪੰਜਾਬ ਨੇ ਪਹਿਲੀ ਵੇਵ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਤਿਆਰੀ ਤਕੜੇ ਪੱਧਰ ਤੇ ਰੱਖੀ ਹੈ, ਔਰ ਹਮੇਸ਼ਾ ਕੋਰੋਨਾ ਨੂੰ ਹਰਾਉਣ ਵਾਸਤੇ ਪੰਜਾਬੀਆਂ ਨੇ ਅੱਗੇ ਵੱਧ ਕੇ ਸਾਥ ਦਿੱਤਾ। ਸਾਡਾ ਸਿਰਫ ਮਕਸਦ ਇਹਨਾਂ ਕਿ ਜਿਹੜੇ 12ਵੀਂ ਦੇ ਬੱਚੇ ਹੈ ਉਹ ਡਿਸਐਡਵਾਂਟੇਜ ਨਾ ਰਹਿਣ, ਸੇਫਟੀ ਐਂਡ ਸਿਕਿਉਰਿਟੀ ਆਫ ਚਿਲਡਰਨ ਇਹ ਸਾਡੇ ਵਾਸਤੇ ਪ੍ਰਾਈਮ ਫੋਕਸ ਹੈ। ਭਾਰਤ ਸਰਕਾਰ ਨੂੰ ਵੀ ਅਸੀਂ ਇਹੀ ਲਿਖ ਕੇ ਭੇਜਿਆ ਸੀ ਕਿ ਜੇ ਤੁਸੀਂ ਐਗਜ਼ਾਮਸ ਕਰਾਉਣੇ ਵੀ ਹੈ ਤਾਂ ਪਹਿਲਾਂ ਬੱਚਿਆਂ ਨੂੰ ਵੈਕਸੀਨੇਟ ਕਰੋ, ਭਾਵੇਂ 4 ਮਹੀਨੇ ਸਾਨੂੰ ਫਾਲਤੂ ਲੱਗ ਜਾਣ। ਇਸ ਕਰਕੇ ਮੈਂ ਇਹ ਵੀ ਫਾਰਮੂਲਾ ਕਿਹਾ ਸੀ ਕਿ ਜਿਹੜੇ ਸਾਡੇ ਬੱਚਿਆਂ ਦੇ ਸਮੈਸਟਰਸ ਹੁੰਦੇ ਹੈ ਜਾਂ ਬੱਚਿਆਂ ਦਾ 4 ਸਾਲ ਦਾ ਕੋਰਸ ਹੈ, ਕਿਸੇ ਬੱਚੇ ਦਾ 3 ਸਾਲ ਦਾ ਕੋਰਸ ਹੈ, ਇਸ ਵਾਰ ਥੋੜਾ ਜਿਹਾ ਸਿਲੇਬਸ ਘਟਾ ਕੇ ਕੋਰਸ ਦੀ ਡੂਰੇਸ਼ਨ ਘਟਾ ਦਿਓ ਤਾਂ ਕਿ ਬੱਚਿਆਂ ਦਾ ਵਕਤ ਵੀ ਖਰਾਬ ਨਾ ਹੋਵੇ, ਬੱਚਿਆਂ ਦੇ ਮਾਰਕਸ ਵੀ ਘੱਟ ਨਾ ਆਉਣ, ਬੱਚਿਆਂ ਦਾ ਮਤਲਬ ਕਿਸੇ ਪਾਸਿਓਂ ਪੜ੍ਹਾਈ ਦਾ ਲੋਸ ਨਾ ਹੋਵੇ, ਤੇ ਬੱਚਿਆਂ ਦੇ ਉੱਪਰ ਬਾਕੀ ਬੱਚਿਆਂ ਨਾਲੋਂ ਡਿਸਐਡਵਾਂਟੇਜ ਤਰ੍ਹਾਂ ਰਹਿਣ ਬਾਕੀ ਸਟੇਟਾਂ ਦੇ ਬੱਚਿਆਂ ਨਾਲੋਂ ਜਾਂ ਬਾਕੀ ਦੇਸ਼ਾਂ ਦੇ ਬੱਚਿਆਂ ਨਾਲੋਂ। ਇਸ ਕਰਕੇ ਉਸ ਗੱਲ ਨੂੰ ਵੀ ਭਾਰਤ ਸਰਕਾਰ ਸੋਚ ਰਹੀ ਹੈ ਕਿ ਜੇ ਕਿਸੇ ਦੇ 8 ਸਮੈਸਟਰ ਦੀ ਪੜ੍ਹਾਈ ਹੁੰਦੀ ਸੀ ਕਿਸੇ ਕੋਰਸ ਦੀ, ਵੀ ਉਸ ਨੂੰ ਇਸ ਵਾਰ 7 ਸਮੈਸਟਰ ਦੀ ਕਰ ਦਿਓ ਤੇ ਕੋਰਸ ਵੀ ਘਟਾ ਦਿਓ ਤਾਂ ਕਿ ਜੇ ਸੇਮ ਕੋਰਸ 7 ਸਮੈਸਟਰ 'ਚ ਕਰਾਂਗੇ ਤਾਂ ਬੱਚਿਆਂ ਦੇ ਲੋਡ ਜ਼ਿਆਦਾ ਪਊਗਾ। ਤੋ ਉਹ ਮੈਂ ਸਮਝਦਾ ਕਿ ਅਸੀਂ ਇਹ ਸਾਰੀਆਂ ਗੱਲਾਂ ਦੇ ਉੱਪਰ ਭਾਰਤ ਸਰਕਾਰ ਨਾਲ ਵੀ ਗੱਲ ਕਰ ਰਹੇ ਹਾਂ, ਫੋਕਸ ਤਰੀਕੇ ਨਾਲ ਗੱਲ ਕਰ ਰਹੇ ਹਾਂ। ਵਾਅਦਾ ਮੇਰਾ ਇੰਨਾ ਕੀ ਹੈ ਕਿ ਬੱਚਿਆਂ ਦਾ ਕਰੀਅਰ ਚੰਗਾ ਬਣੇ, ਜਿਹੜੇ ਬੱਚੇ ਫੀਲਡ ਜਾਣਾ ਚਾਹੁੰਦੇ ਆ ਉੱਥੇ ਪਰਫਾਰਮ ਕਰਨ, ਉਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਡਿਸਐਡਵਾਂਟੇਜ ਨਾ ਹੋਵੇ, ਇਹ ਮੇਰਾ ਪ੍ਰਾਈਮ ਫੋਕਸ ਹੈ। 12ਵੀਂ ਦੀ ਅਜਿਹੀ ਪ੍ਰੀਖਿਆ ਹੋਇਆ ਕਿ ਨੰਬਰ ਬਹੁਤ ਮੈਟਰ ਕਰਦੇ। ਪੁਆਇੰਟ ਦੋਸਤੋ, ਅੱਜ ਤੁਹਾਨੂੰ ਇੱਕ ਬਹੁਤ ਵਧੀਆ ਐਪਲੀਕੇਸ਼ਨ ਦੇ ਬਾਰੇ ਜਾਣੂ ਕਰਵਾ ਦਿੰਦੇ ਹਾਂ, ਜਿੱਥੇ ਤੁਹਾਡੇ ਸਵਾਲਾਂ ਦੇ ਜਵਾਬ ਲਾਈਵ ਟੀਚਰ ਤੁਹਾਡੇ ਨਾਲ ਗੱਲਬਾਤ ਕਰਕੇ ਚੈਟ ਦੇ ਰਾਹੀਂ ਜਾਂ ਆਡੀਓ ਕਾਲ ਦੇ ਰਾਹੀਂ ਜਾਂ ਫਿਰ ਵੀਡੀਓ ਕਾਲ ਦੇ ਰਾਹੀਂ ਦੇਣਗੇ। ਠੀਕ ਹੈ ਜੀ, ਤਾਂ ਦੋਸਤੋ ਇਸ ਐਪ ਦਾ ਨਾਮ ਹੈਗਾ ਫਿਲੋ, ਜਿੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ ਵਾ, ਲਿੰਕ ਇਨ ਡਿਸਕ੍ਰਿਪਸ਼ਨ ਆ। ਠੀਕ ਹੈ ਜੀ, ਤੇ ਤੁਸੀਂ ਆਪਣਾ ਇਸ ਨੂੰ ਕਲਾਸ ਸਿਲੈਕਟ ਕਰ ਲੈਣਾ ਵਾ, ਭਾਵੇਂ ਤੁਹਾਡੀ ਕੋਈ ਵੀ ਕਲਾਸ ਆ। ਠੀਕ ਹੈ ਜੀ, ਕਲਾਸ 12th ਇੱਥੇ ਆਪਾਂ ਸਿਲੈਕਟ ਕਰਕੇ ਕੰਟੀਨਿਊ ਕਰਦੇ ਹਾਂ। ਤੁਸੀਂ ਕਿਹੜੇ ਮੀਡੀਅਮ ਦੇ ਵਿੱਚੋਂ, ਠੀਕ ਹੈ ਜੀ, ਪੰਜਾਬੀ, ਹਿੰਦੀ, ਤਾਂ ਅਸੀਂ ਇੱਥੇ 2 ਹਿੰਦੀ ਲੈਂਗੁਏਜ, 1 ਹਿੰਦੀ ਪੰਜਾਬੀ ਕਰ ਲੈਂਦੇ ਹਾਂ। ਠੀਕ ਹੈ ਜੀ, ਤਾਂ ਇੱਥੇ ਦੋਸਤੋ ਤੁਹਾਡਾ ਕੀ ਆ ਰਿਲੇਟਡ, ਤੁਹਾਡਾ ਬੋਰਡ ਇਗਜ਼ਾਮ ਆ। ਠੀਕ ਹੈ ਜੀ, ਤਾਂ ਬੋਰਡ ਇਗਜ਼ਾਮ ਤੇ ਤੁਸੀਂ ਕਲਿੱਕ ਕਰ ਦੇਣਾ ਵਾ, ਕੰਟੀਨਿਊ ਕਰ ਦੇਣਾ ਵਾ। ਠੀਕ ਹੈ ਜੀ, ਤਾਂ ਦੋਸਤੋ ਫਿਰ ਤੁਹਾਡੇ ਸਾਹਮਣੇ ਇਹ ਐਪ ਖੁੱਲ ਜਾਏਗਾ। ਠੀਕ ਹੈ ਜੀ, ਤੁਹਾਡੇ ਕੋਲ 2 ਆਪਸ਼ਨ ਨੇ, ਜਾਂ ਤਾਂ ਤੁਸੀਂ ਖੁਦ ਲਿਖ ਕੇ ਕਰ ਸਕਦੇ ਹੋ ਜਾਂ ਫਿਰ ਫੋਟੋ ਕਲਿੱਕ ਕਰ ਸਕਦੇ ਹੋ। ਤਾਂ ਦੋਸਤੋ ਜਿਹੜਾ ਵੀ ਤੁਹਾਡਾ ਸਵਾਲ ਆ, ਤੁਸੀਂ ਉਸਦਾ ਇੱਕ ਪਿਕ ਕਲਿੱਕ ਕਰਕੇ, ਠੀਕ ਹੈ ਜੀ, ਅਪਲੋਡ ਕਰ ਦੇਣਾ ਵਾ ਇੱਥੇ, ਜਿਵੇਂ ਕਿ ਆ ਦੇਖੋ ਮੈਂ ਕਰ ਦਿੱਤਾ ਵਾ, ਤੇ ਫਿਰ ਟਿਕ ਕਰ ਦੇਣਾ ਵਾ ਤੁਸੀਂ ਇੱਥੇ। ਠੀਕ ਹੈ ਜੀ, ਉਸ ਤੋਂ ਬਾਅਦ ਦੋਸਤੋ ਫਿਰ ਤੁਹਾਨੂੰ ਇਹ ਪੁੱਛਣਗੇ ਕੁਝ ਐਡੀਸ਼ਨਲ ਤੁਸੀਂ ਲਿਖਣਾ ਚਾਹੁੰਦੇ ਹੋ, ਇਹ ਸਮ ਦੇ ਨਾਲ ਅਗਰ ਕੁਝ ਨਹੀਂ ਲਿਖਣਾ ਤਾਂ ਸਕਿਪ ਕਰ ਦਿਓ। ਠੀਕ ਹੈ ਜੀ, ਅਗਰ ਲਿਖਣਾ ਤਾਂ ਲਿਖ ਕੇ ਵੀ ਕਰ ਸਕਦੇ ਹੋ। ਫਿਰ ਦੋਸਤੋ ਪੁੱਛਣਗੇ ਕਿ ਤੁਹਾਡਾ ਇੱਕ ਸਵਾਲ ਕਿਸ ਦੇ ਰਿਗਾਰਡਿੰਗ ਆ, ਮੇਰਾ ਮੈਥ ਦੇ ਰਿਗਾਰਡਿੰਗ ਸੀ, ਅਸੀਂ ਮੈਥ ਰਿਗਾਰਡਿੰਗ ਕੰਟੀਨਿਊ ਕਰ ਦਿੱਤਾ। ਫਿਰ ਚੈਪਟਰ ਪੁੱਛ ਲੈਣਗੇ ਸਭ ਟੌਪਿਕ ਕੀ ਹੈ। ਠੀਕ ਹੈ, ਕੋਈ ਵੀ ਸਿਲੈਕਟ ਕਰ ਦਿਓ ਜਿਹਦਾ ਵੀ ਰਿਗਾਰਡਿੰਗ ਹੋਇਆ। ਠੀਕ ਹੈ, ਉਸ ਤੋਂ ਬਾਅਦ ਕਨੈਕਟਡ ਟਿਊਟਰ, ਤਾਂ ਦੋਸਤੋ ਇਸ ਤੋਂ ਬਾਅਦ ਅਸੀਂ ਕਨੈਕਟਡ ਟਿਊਟਰ ਹੋਊਗਾ। ਠੀਕ ਹੈ ਜੀ, ਇਸ ਤਰ੍ਹਾਂ ਦੋਸਤੋ ਫਿਰ ਆ ਦੇਖ ਸਕਦੇ ਹੋ, ਦੋਸਤੋ ਮੇਰੇ ਨਾਲ ਕੰਟੈਕਟ ਹੋ ਚੁੱਕਿਆ ਟਿਊਟਰ। ਠੀਕ ਹੈ ਜੀ, ਆ ਦੇਖ ਸਕਦੇ ਹੋ ਇਹ ਤੁਹਾਡਾ ਲਾਈਵ। ਠੀਕ ਹੈ, ਸਵਾਲਾਂ ਦਾ ਜਵਾਬ ਦੇਣਗੇ ਅਗਰ ਤੁਹਾਨੂੰ ਕੋਈ। ਠੀਕ ਹੈ ਜੀ, ਡਾਊਨਲੋਡ ਕਰੋ, ਲਿੰਕ ਹੈ ਡਿਸਕ੍ਰਿਪਸ਼ਨ। ਪੁਆਇੰਟ 1 ਨੰਬਰ ਵੀ ਮੈਟਰ ਕਰਦਾ ਹੈ ਕਿ ਮੈਡੀਕਲ ਜਾਣਾ ਹੈ, ਅਗਰ ਤੁਹਾਡੇ 98% ਹੈ ਔਰ 96% ਰਹਿ ਗਏ, ਤੇ ਕਈ ਵਾਰ ਉਸ ਥਾਂ ਤੇ ਐਡਮਿਸ਼ਨ ਨਹੀਂ ਮਿਲ ਪਾਉਂਦੀ, ਤਾਂ ਉਸ ਨੂੰ ਲੈ ਕੇ, ਨੰਬਰਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਕੋਈ ਪਲੈਨਿੰਗ ਜਾਂ ਕੁਛ ਕੀਤੀ ਜਾ ਰਹੀ? ਮੈਂ ਉਹੀ ਕਹਿ ਰਿਹਾ ਨਾ ਕਿ ਜਿਹੜੇ ਅਗਰ ਬੱਚਿਆਂ ਦੀ 12ਵੀਂ ਕਲਾਸ ਦੇ ਜਿਹੜੇ ਨੰਬਰ ਹੈ ਉਹ ਬਹੁਤ ਮੈਟਰ ਕਰਦੇ ਹੈ, ਉਹਨਾਂ ਨਾਲ ਹੀ ਬੱਚਿਆਂ ਨੇ ਆਪਣੇ ਕਰੀਅਰ ਕੋਰਸਿਸ ਨੂੰ ਅਡੋਪਟ ਕਰਨਾ ਹੁੰਦਾ, ਉਸ ਤੇ ਡਿਸਾਈਡ ਕਰਨਾ ਹੁੰਦਾ। ਇਸ
ਪਰ ਇਹ ਤਾਂ ਦੱਸਿਆ ਨਹੀਂ ਨਾ ਕਿ ਇੰਟਰਨਲ ਅਸੈਸਮੈਂਟ ਤੋਂ ਬਾਅਦ ਕਰਨਾ ਕੀ ਹੈ। ਮੇਰਾ ਸਿਰਫ ਇੱਕੋ ਮਕਸਦ, ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਬੱਚੇ 10ਵੀਂ ਤੋਂ ਬਾਅਦ 11ਵੀਂ 'ਚ ਆ ਕੇ ਕੋਈ ਕੋਰਸ ਲੈਂਦੇ ਹੈ, ਉਹ 'ਚ ਕਈ ਵਾਰ ਕੋਰਸ 'ਚ ਚੱਲ ਨਹੀਂ ਪੈਂਦੇ ਕਿਉਂਕਿ ਬੱਚੇ ਨਵੇਂ ਸਬਜੈਕਟਸ ਲੈ ਲੈਂਦੇ ਹੈ, ਅਤੇ ਉਸ ਤੋਂ ਬਾਅਦ ਫਿਰ 12ਵੀਂ ਜਾ ਕੇ ਬੱਚੇ ਚੇਂਜ ਵੀ ਕਰ ਲੈਂਦੇ। ਸੋ ਬੱਚਿਆਂ ਦਾ ਕਿਸੇ ਤਰੀਕੇ ਨਾਲ ਨੁਕਸਾਨ ਨਾ ਹੋਵੇ, ਇਹ ਮੇਰਾ ਫੋਕਸ ਹੈ, ਬਿਕੋਜ਼ ਇਹ ਉਹਨਾਂ ਦਾ ਕਰੀਅਰ ਈਅਰ ਹੈ। ਇਸੇ ਕਰਕੇ ਜਿਹੜਾ ਅਸੀਂ ਅੱਗੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਬੱਚਿਆਂ ਦੇ ਜਿਹੜਾ ਕੋਰਸ ਕੰਟੈਂਟ ਹੈ ਉਹਨੂੰ ਘਟਾ ਕੇ ਉਹਦੀ ਟਿਨਿਓਰ ਘਟਾ ਦਿਓ, ਸੋ ਦੈਟ ਬੱਚਿਆਂ ਦੇ ਉੱਪਰ ਲੋਡ ਨਾ ਪਵੇ। ਤੋ ਮੈਂ ਇਹੀ ਕਹਿਣਾ ਚਾਹੁੰਦਾ, ਜੇ 12ਵੀਂ ਕਲਾਸ ਦੇ ਐਗਜ਼ਾਮਸ ਕੈਂਸਲ ਕਰਨਾ, ਉਹਦਾ ਇੱਕ ਮਿੰਟ ਦੀ ਅਨਾਊਂਸਮੈਂਟ ਹੈ ਨਾ, ਬਟ ਉਹ ਅਨਾਊਂਸਮੈਂਟ ਕਰਕੇ ਸਾਡੇ ਬੱਚੇ ਡਿਸਐਡਵਾਂਟੇਜ 'ਚ ਹੋ ਜਾਣ, ਉਸ ਗੱਲ ਨੂੰ ਅਸੀਂ ਪ੍ਰੋਟੈਕਟ ਰੱਖਣਾ ਚਾਹੁੰਦੇ। ਗਰਮੀ ਦੀਆਂ ਛੁੱਟੀਆਂ ਤਾਂ ਚੱਲ ਰਹੀਆਂ, ਉਸ ਤੋਂ ਬਾਅਦ ਕੀ, ਕਿਉਂਕਿ ਥਰਡ ਵੇਵ ਅਗਰ ਆਉਂਦੀ ਹੈ। ਹਾਂਜੀ ਦੋਸਤੋ, ਜਿਵੇਂ ਕਿ ਤੁਸੀਂ ਰਿਕਾਰਡਿੰਗ ਦੇ ਵਿੱਚ ਸੁਣ ਹੀ ਲਿਆ ਕਿ ਆ ਸਿੱਖਿਆ ਮੰਤਰੀ ਆਪਣੇ ਲਾਈਵ ਹੋਏ ਸੀਗੇ, ਠੀਕ ਹੈ ਜੀ, ਤੇ ਦੋਸਤੋ ਉਹਨਾਂ ਨੇ ਤੁਹਾਡੇ 12ਵੀਂ ਦੇ ਪੇਪਰਾਂ ਬਾਰੇ ਦੱਸਿਆ ਵਾ। ਤਾਂ ਦੋਸਤੋ ਦੇਖੋ, 12ਵੀਂ ਦੇ ਪੇਪਰਾਂ ਬਾਰੇ ਜਿਵੇਂ ਸਿੱਖਿਆ ਮੰਤਰੀ ਦੱਸ ਰਹੇ ਨੇ, ਉਹਨਾਂ ਦਾ ਮੂਡ ਲੱਗ ਨਹੀਂ ਰਿਹਾ ਕਿ ਇਹ 12ਵੀਂ ਦੇ ਪੇਪਰ ਕੈਂਸਲ ਕਰਨਗੇ। ਬਾਕੀ ਦੋਸਤੋ ਦੇਖੋ, ਚਾਂਸਿਸ ਤਾਂ ਇਹ ਨੇ ਕਿ ਜਿਵੇਂ CBSE ਨੇ ਕੀਤਾ, ਉਵੇਂ ਪੰਜਾਬ ਬੋਰਡ ਕਰੂਗਾ, ਕਿਉਂਕਿ ਦੋਸਤੋ ਕਾਫੀ ਸਾਰੇ ਸਟੇਟ ਬੋਰਡਾਂ ਨੇ ਕਰ ਦਿੱਤਾ ਵਾ, ਠੀਕ ਹੈ ਜੀ। ਤਾਂ ਦੋਸਤੋ ਹੁਣ ਸਿੱਖਿਆ ਮੰਤਰੀ ਜੀ ਇਹੀ ਕਹਿ ਰਹੇ ਨੇ ਕਿ ਜਦੋਂ CBSE ਵਾਲਿਆਂ ਦਾ ਨਤੀਜਾ ਬਾਰੇ ਉਹ ਆ ਗਏ ਕਿ ਕਿਵੇਂ ਨਤੀਜੇ ਆਉਣਗੇ, ਕਿਹੜੇ ਬੇਸ ਤੇ ਨਤੀਜੇ ਡਿਕਲੇਅਰ ਹੋਣਗੇ, ਤਦ ਆਪਣਾ ਪੰਜਾਬ ਦੇਖੂਗਾ ਕਿ ਬਈ ਹਾਂ ਠੀਕ।